ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਛਾ ਜੀ, ਅੱਜ ਅਸੀਂ ਚੱਲੇ ਹਾਂ ਹੋਸਪਿਟਲ ਪ੍ਰੀਤੀ ਨੂੰ ਲੈਣ। ਤੁਹਾਨੂੰ ਵੀ ਜਾਣ ਕੇ ਖੁਸ਼ੀ ਹੋਗੀ ਕਿਉਂਕਿ ਸਾਡੇ ਨਾਲ ਜੁੜੇ ਜੇ ਤੁਸੀਂ, ਅਤੇ ਉਹ ਠੀਕ ਹੋ ਗਏ, ਹੁਣ ਸਵਸਥ ਹੈ ਅਤੇ ਹੁਣ ਡਿਸਚਾਰਜ ਹੋ ਜਾਣਾ ਅਤੇ ਅੱਜ ਅਸੀਂ ਲੈਣ ਚੱਲੇ ਹਾਂ। ਸਭ ਤੋਂ ਜ਼ਿਆਦਾ ਸਾਡੀ ਮਾਤਾ ਬੜੀ ਉਦਾਸ ਹੈ, ਉੱਦਣ ਦੀ ਘਰ ਜਾਣ ਨੂੰ ਜੀ ਨਹੀਂ ਕਰਦਾ, ਬਾਹਰ ਬੈਠੇ ਰਹੀਦਾ, ਰੋਜ਼ ਮੈਨੂੰ ਕਹਿੰਦੀ ਰਹਿੰਦੀ ਆ ਲਿਆਓ ਲਿਆਓ ਲਿਆਓ। ਮਾਤਾ ਜੀ ਕੀ ਕਿੱਦਾਂ? ਇੱਦਾਂ ਹੀ ਆ ਨਾ, ਫਿਰ ਘਰ ਦੇ ਰੌਣਕਾਂ ਜੋ ਗਈਆਂ ਹੁਣ ਬਾਹਰ। ਸੱਚੀ ਨੀ ਰੌਣਕ ਹੈਗੀ ਭਾਬੀ ਤੋਂ ਬਗੈਰ, ਮੇਰਾ ਤੇ ਆਪ ਨੀ ਜਾਣ ਜੀ ਕਰਦਾ, ਇੱਥੇ ਰੋਟੀ ਪਾਣੀ ਖਾ ਲਈਦਾ ਵਾ ਤੇ ਬਸ ਧਾਰ ਕੱਢ ਕੇ ਤੇ ਘਰ ਨੂੰ ਆ ਜਾਈਦਾ ਵਾ। ਅੱਜ ਬੜੀ ਖੁਸ਼ੀ ਆ ਵੀ ਚਲੋ ਠੀਕ ਹੋ ਗਈ, ਆਪਣੇ ਘਰ ਆਉਣ ਲੱਗੇ ਆ, ਤੇ ਜ਼ਿਆਦਾ ਕਰਕੇ ਰਾਜਵੀਰ, ਰਾਜਵੀਰ ਦਾ ਵੀ ਨੀ ਦਿਲ ਲੱਗਦਾ, ਉਹ ਵੀ ਬਸ ਇੱਦਾਂ ਤੁਰਿਆ ਫਿਰਦਾ ਨਿੰਮ ਜਾਣਾ ਜਿਹਾ ਚਿਹਰਾ। ਰਾਜਵੀਰ ਅਜੇ ਸਕੂਲੋਂ ਨਹੀਂ ਆਇਆ, ਨਹੀਂ ਤੇ ਉਹਨੂੰ ਵਿੱਚ ਲਿਆ ਕੇ ਆਉਣਾ ਸੀ, ਨਾਲ ਲੈਣ ਜਾਣਾ ਸੀ ਉਹਨੇ। ਚਲੋ ਅਸੀਂ ਹੁਣ ਚੱਲੇ ਆ ਤੇ ਨਾਲੇ ਤੁਹਾਨੂੰ ਮਿਲਾਉਂਦੇ ਆ ਉੱਥੇ ਜਾ ਕੇ। ਠੀਕ ਆ ਵੀਰ ਜੀ, ਜਾਓ ਫਿਰ ਤੁਸੀਂ। ਓਕੇ ਓਕੇ, ਚਲੋ ਬਾਏ। ਮੇਰਾ ਫੋਨ ਲਿਆ ਵੀ ਫੜ ਕੇ ਉੱਥੋਂ ਯਾਰ। ਦਵਿੰਦਰ ਤੂੰ ਨਹੀਂ ਜਾਣਾ? ਨਹੀਂ ਨਹੀਂ, ਫਿਰ ਮੈਂ ਰੋਟੀ ਨਹੀਂ, ਰੋਟੀ ਬਣਾਉਣੀ ਆ, ਨਾਲੇ ਉਹ ਦੂਜਾ ਧਾਰ ਨਹੀਂ ਕੱਢਣੀ ਮੱਝ ਦੀ। ਦੁਕਾਨ ਤੇ ਵੀ ਰਹਿਣਾ ਆਪਾਂ? ਦੁਕਾਨ ਤੇ ਵੀ ਰਹਿਣਾ ਵਾ, ਸਾਰਾ ਵੇਖਣਾ। ਜਾ ਅਸੀਂ ਮਿਲਾਂ ਉਹਨਾਂ ਨੂੰ ਤੇ ਹੁਣ ਵੀਰ ਹੋਣੀ ਚੱਲੇ ਆ। ਚਲੋ ਤੇ ਹਾਂ ਠੀਕ ਆ ਭਾਬੀ ਜੀ ਹੁਣ। ਹਾਂਜੀ, ਤੇ ਇਹ ਆ ਗਿਆ ਹੋਸਪਿਟਲ, ਇਹ ਸਠਿਆਲੀ ਜੀ ਪੈ ਜਾਂਦਾ ਵੈਸੇ ਕੰਨ ਵਾਲ ਅੱਡੇ ਤੇ। ਬਸ ਕੁਛ ਹੀ ਦੇਰ ਤੇ ਹੈ ਬਸ ਪਹੁੰਚ ਗਏ, ਆਹ ਵਾ ਸਾਹਮਣੇ ਹੋਸਪਿਟਲ। ਲਓ ਜਦੋਂ ਬਿਸਤਰੇ ਕਲੋਜ਼ ਕਰਨ ਡੇ ਆ, ਇਹਨੂੰ ਪਤਾ ਲੱਗ ਗਿਆ ਵੀ ਆ ਗਏ ਅਸੀਂ। ਰਾਜਵੀਰ ਰਾਜਵੀਰ ਸਕੂਲੋਂ ਨੀ ਆਇਆ ਅਜੇ। ਦੂਜਾ ਕੀ ਨਾਲ ਡਾਕੂਮੈਂਟ ਹੋ ਗਿਆ ਪੂਰਾ, ਹੋ ਗਿਆ ਸਾਰਾ ਕੁਛ ਹੋ ਗਿਆ। ਚਲੋ ਬਾਕੀ ਮੈਂ ਇੱਕ ਗੱਲ ਸਾਰਿਆਂ ਨਾਲ ਸਾਂਝੀ ਕਰਨੀ ਚਾਹੂੰਗੀ ਕਿ ਚਲੋ ਹੋਸਪਿਟਲ ਤੇ ਰੱਬ ਕਿਸੇ ਨੂੰ ਲਿਆਵੇ ਹੀ ਨਾ, ਲੋੜ ਪਵੇ ਹੀ ਨਾ, ਪਰ ਜਿੱਦਾਂ ਦੇ ਸਮੇਂ ਚੱਲਣ ਦੇ ਲੋੜ ਤੇ ਪੈ ਹੀ ਜਾਂਦੀ ਆ। ਤੇ ਇਹ ਹੋਸਪਿਟਲ ਆ ਸਠਿਆਲੀ ਦੇ ਕੋਲ, ਸਠਿਆਲੀ ਦੇ ਕੋਲ ਵਾ, ਡਾਕਟਰ ਸੁਭਾਸ਼ ਦਾ, ਤੇ ਕਾਫੀ ਸਾਫ ਸੁਥਰਾ, ਤੁਸੀਂ ਵੇਖ ਸਕਦੇ ਹੋ, ਡਾਕਟਰ ਸੁਭਾਸ਼ ਦਾ ਹੋਸਪਿਟਲ ਆ, ਡਾਕਟਰ ਵੀ ਬਹੁਤ ਸਿਆਣੇ ਨੇ, ਮੰਨੇ ਪਰਮੰਨੇ ਨੇ ਸਾਡੇ ਏਰੀਏ ਦੇ। ਤੇ ਇੱਥੇ ਇੱਕ ਹੋਰ ਸਹੂਲਤ ਆ ਕਿ ਜਿਸ ਤਰ੍ਹਾਂ ECH ਆ, ਆਰਮੀ ਪਰਸਨ ਵਿਖਾ ਸਕਦੇ ਆ ਇੱਥੇ, ਰਿਟਾਇਰ ਪਰਸਨ। ਹਾਂ, ਤੇ ਦੂਸਰੀ ਗੱਲ ਵੀ ਖਾਣਾ ਵਗੈਰਾ ਮਿਲਦਾ ਵਾ, ਜਿਹੜੇ ਪ੍ਰਾਈਵੇਟ ਵੀ ਇੱਥੇ ਦਾਖਲ ਵਾ, ਜਿਹੜੇ ਮਰੀਜ਼ ਰਹਿੰਦੇ ਨੇ ਇੱਥੇ ਕੁਝ ਦਿਨਾਂ ਵਾਸਤੇ, ਉਹ ਥੋੜੇ ਬਹੁਤੇ ਪੈਸੇ ਜਮ੍ਹਾਂ ਕਰਵਾ ਕੇ ਤੋਂ ਖਾਣਾ ਖਾ ਸਕਦੇ ਆ, ਸਿਵਲੀਅਨ ਜਿਹੜੇ ਹੁੰਦੇ ਆ, ਕਿਉਂਕਿ ਕਈ ਲੋਕ ਬੜੇ ਦੂਰਾਂ ਦੂਰਾਂ ਤੋਂ ਆਣ ਕੇ ਰਹਿੰਦੇ ਆ, ਕਈਆਂ ਦਾ ਚਲੋ ਘਰ ਦੇ ਵਿੱਚ ਅੱਜ ਕੱਲ੍ਹ ਛੋਟੀਆਂ ਛੋਟੀਆਂ ਫੈਮਿਲੀਆਂ ਵਾ, ਰੋਟੀ ਵਗੈਰਾ ਬਣਾ ਕੇ ਪਹੁੰਚਾਉਣ ਦੀ ਬੜੀ ਤੰਗੀ ਹੁੰਦੀ ਆ, ਤੇ ਇੱਥੇ ਦੀ ਮਤਲਬ ਇੱਕ ਸਹੂਲਤ ਹੈਗੀ ਆ, ਸਹੂਲਤਾਂ ਤਾਂ ਬਹੁਤ ਆ, ਪਰ ਆਹ ਸਹੂਲਤ ਮੈਨੂੰ ਬਹੁਤ ਵਧੀਆ ਲੱਗਦੀ ਕਿ ਚਲੋ ਗਰਮ ਗਰਮ ਦੋਨੋਂ ਟਾਈਮ ਖਾਣਾ ਤੁਹਾਨੂੰ ਇੱਥੋਂ ਮਿਲ ਸਕਦਾ ਵਾ, ਉਹ ਵੀ ਕੋਈ ਜ਼ਿਆਦਾ ਮਹਿੰਗਾ ਨਹੀਂ ਆ, ਅਤੇ ਬਾਕੀ ਹੋਸਪਿਟਲ ਵੀ ਬਹੁਤ ਵਧੀਆ ਵਾ। ਅਤੇ ਮੈਂ ਤਾਂ ਚੱਲੀ ਅੱਜ ਪੂਰੇ 10 ਦਿਨ ਬਾਅਦ, ਅਤੇ ਮੈਨੂੰ ਬੜੀ ਖੁਸ਼ੀ ਕਿਉਂਕਿ ਮੈਂ ਰਾਜਵੀਰ ਨੂੰ ਕਦੀ ਇੰਨੇ ਦਿਨ ਛੱਡਿਆ ਹੀ ਨਹੀਂ, ਕਦੀ ਵੀ ਨਹੀਂ ਛੱਡਿਆ। ਚਲੋ ਠੀਕ ਆ, ਜ਼ਿਆਦਾ ਗੁਣਗਾਨ ਬਹੁਤ ਹੋ ਗਿਆ। ਅਤੇ ਸਮਾਨ ਕਿੱਥੇ ਕਿੱਥੇ ਆ ਬਾਕੀ, ਇਹ ਪੈਕ ਕਰੋ ਸਾਰਾ ਸਮਾਨ ਸਾਰਾ, ਉਹਦਾ ਹੁਣ ਬਾਕੀ ਤਬੀਅਤ ਪਾਣੀ ਸਭ ਠੀਕ ਆ? ਸਭ ਠੀਕ ਆ, ਹਾਂ ਰਿਪੋਰਟਾਂ ਵਧੀਆ ਆਈਆਂ, ਰਿਪੋਰਟਾਂ ਜੀ ਸਭ ਵਧੀਆ ਆਈਆਂ, MRI ਹਾਦ MRI ਆ, ਹਾਂਜੀ ਸਾਰਾ ਕੁਝ ਵਧੀਆ ਆਇਆ ਵਾ, ਤੇ ਅਲਟਰਾਸਾਊਂਡ ਵੀ ਆਇਆ ਨਾ ਵਧੀਆ, ਅਲਟਰਾਸਾਊਂਡ ਵੀ ਠੀਕ ਆ। ਚਲੋ ਵਧੀਆ, ਹੁਣ ਘਰ ਜਾ ਕੇ ਖੁਸ਼ੀ ਜ਼ਾਹਰ ਕਰਿਓ। ਹਾਂਜੀ, ਬਾਕੀ ਅਸੀਂ ਤੁਹਾਨੂੰ ਮਿਲਾਉਣਾ ਚਾਹਾਂਗੇ, ਇਹਨੇ ਮੈਡਮ ਰਾਜਵਿੰਦਰ ਕੌਰ, ਇਹਨਾਂ ਦੀ ਡਿਊਟੀ ਆ ਇਹ ਹੋਸਪਿਟਲ ਵਿੱਚ, ਤੇ ਵੈਸੇ ਵੀ ਇਹਨਾਂ ਦੇ ਨਾਲ ਸਾਡੇ ਭੈਣਾਂ ਵਾਂਗੂ ਰਿਲੇਸ਼ਨ ਵਾ, ਮਿਲਦੇ ਵਰਤਦੇ ਆ ਮੈਨੂੰ, ਤੇ ਇਹਨਾਂ ਨੇ ਜਿੱਥੋਂ ਤੱਕ ਹੋ ਸਕਿਆ ਬਹੁਤ ਹੀ ਹੈਲਪ ਕੀਤੀ, ਚਲੋ
बिलकुल हॉस्पिटल बहुत वधिया वा खाना वगैरा बहुत वधिया वा डॉक्टर स्पेशलिस्ट ने ते चलो मैं पहला भी दस्या कि रब किसी लोड़ ना पाए पर जिदा का समा चल रहा सारा कुछ तो मिलावटा ना खाने दे ते कि ना कि जरूरत पै ही जाती है ते दोहां नूं छुट्टियां बहुत बहुत धन्यवाद चलो ठीक है फिर एक अद्धी बार चैक करा लियो और मैं कहना चाहनी हाँ कि जिहड़े साडे इत्थे डॉक्टर मेन हैगे आ जिहड़े डॉक्टर सुभाष आ उह वी इस एरिए विच काफ़ी मन्ने परमन्ने डॉक्टर आ और बहुत वधिया डॉक्टर आ और मेडिसिन स्पैशलिस्ट भी इत्थे अवेलेबल हैगे आ स्टाफ भी बहुत वधिया है इत्थे जे किसी नूं नीड होवे तां लागे सठियाली पुल लाइफ केयर हॉस्पिटल हाँ जी चलो जरूरत पै ही जाती है चलो चलो हुण जाओ तुसीं हाँ जी निकलिए हाँ चलो ठीक है जी आंटी चलो।